ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਵਿਸਾਖੀ ਤੇ ਖਾਲਸਾ ਪੰਥ ਸਾਜਨਾ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਨਵਾਂ ਸਾਲ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ, ਖੂਬ ਤਰੱਕੀਆਂ ਦੇਵੇ ਤੇ ਤੰਦਰੁਸਤੀਆਂ ਬਖਸ਼ੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਦਾ ਪਲਾਵ ਬਣਾਉਣ ਲੱਗੇ ਹਾਂ, ਕਿਉਂਕਿ ਵਿਸਾਖੀ ਦੇ ਉੱਤੇ ਕੋਈ ਮਿੱਠੀ ਚੀਜ਼ ਆਪਾਂ ਬਣਾਉਣੀ ਹੁੰਦੀ ਆ। ਇਹਦੇ ਵਿੱਚ ਆਪਾਂ ਜਲੇਬੀਆਂ ਵੀ ਬਣਾ ਸਕਦੇ ਹਾਂ, ਜਰਦਾ ਪਲਾਵ ਵੀ ਬਣਾ ਸਕਦੇ ਹਾਂ ਜਾਂ ਕੜਾਹ ਪ੍ਰਸ਼ਾਦ ਵੀ ਬਣਾ ਸਕਦੇ ਹਾਂ। ਮੈਂ ਜਰਦਾ ਪਲਾਵ ਬਣਾਉਣ ਲੱਗੀ ਹਾਂ, ਸ਼ੁਰੂ ਕਰਦੇ ਹਾਂ ਵੀਡੀਓ। ਜਰਦਾ ਪਲਾਵ ਬਣਾਉਣ ਲਈ ਇੱਕ ਕੌਲੀ ਚੌਲ ਲਏ ਆ, ਇਹ ਬਾਸਮਤੀ ਚੌਲ ਆ। ਇਹਨਾਂ ਚੌਲਾਂ ਨੂੰ ਚੰਗੀ ਤਰ੍ਹਾਂ 3-4 ਵਾਰੀ ਪਾਣੀ ਦੇ ਵਿੱਚ ਧੋਣ ਤੋਂ ਬਾਅਦ 1 ਘੰਟੇ ਵਾਸਤੇ ਭਿਓ ਕੇ ਰੱਖ ਦੇਣਾ ਆ। ਇਹ ਚੌਲ ਆਪਾਂ ਸਾਈਡ 'ਤੇ ਕਰ ਦੇਣੇ ਆ। ਇਹ ਚੌਲ ਮੈਂ 1 ਘੰਟਾ ਪਹਿਲਾਂ ਭਿਓ ਕੇ ਰੱਖੇ ਹੋਏ ਆ। ਚੌਲ ਜਿਹੜੇ ਆ ਫੁੱਲ ਗਏ ਆ ਅਤੇ ਇੱਕਦਮ ਨਰਮ ਪੈ ਗਏ ਆ। ਇਹਨਾਂ ਚੌਲਾਂ ਨੂੰ ਅਸੀਂ 70% ਪਾਣੀ ਦੇ ਵਿੱਚ ਉਬਾਲ ਕੇ ਤਿਆਰ ਕਰ ਲੈਣਾ ਆ। ਚੌਲਾਂ ਨੂੰ ਉਬਾਲਣ ਲਈ ਪਾਣੀ ਰੱਖ ਦਾਂਗੇ। ਪਾਣੀ ਇਹਦੇ ਵਿੱਚ ਅਸੀਂ ਖੁੱਲ੍ਹਾ ਪਾਉਣਾ ਆ। ਇਹਦੇ ਲਈ ਹੁਣ ਆਪਾਂ 1 ਕੌਲੀ ਚੌਲ ਲਈ ਆ। ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ 2 ਕੌਲੀਆਂ ਪਾਣੀ ਪਾਉਣਾ ਜਾਂ 3 ਕੌਲੀ ਪਾਣੀ ਪਾਉਣਾ। ਚੌਲਾਂ ਨੂੰ ਉਬਾਲਣ ਲਈ ਖੁੱਲ੍ਹੇ ਪਾਣੀ ਦੀ ਜ਼ਰੂਰਤ ਹੁੰਦੀ ਆ। ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਜੂਗਾ, ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਚੌਲ ਪਾਉਣੇ ਆ। ਪਾਣੀ ਲੱਗ ਗਿਆ ਉਬਲਣ, ਚੌਲ ਪਾ ਦੇਣੇ। ਜਿਹੜਾ ਚੌਲਾਂ ਦੇ ਵਿੱਚ ਪਾਣੀ ਸੀ ਉਹ ਸਾਰਾ ਪਾਣੀ ਆਪਾਂ ਕੱਢਤਾ। ਚੌਲ ਲੱਗ ਗਏ ਉਬਲਣ, ਜਦੋਂ ਚੌਲ ਉਬਲਣ ਲੱਗ ਜਾਣ ਉਦੋਂ ਇਹਦੇ ਵਿੱਚ ਅਸੀਂ 2 ਚੁਟਕੀਆਂ ਪੀਲੇ ਰੰਗ ਦੀਆਂ ਪਾਣੀਆਂ ਆ। ਜਰਦਾ ਪਲਾਉ ਦੇਖੋ ਜਿਹੜਾ ਆ ਪੀਲੇ ਰੰਗ ਦਾ ਵੀ ਹੁੰਦਾ ਆ ਅਤੇ ਸੰਤਰੀ ਰੰਗ ਦਾ ਵੀ। ਜਿਹੜਾ ਰੰਗ ਤੁਹਾਨੂੰ ਪਸੰਦ ਹੋਵੇ ਤੁਸੀਂ ਉਹ ਪਾ ਕੇ ਚੌਲ ਬਣਾ ਲੈਣੇ ਆ। ਜੇ ਤੁਸੀਂ ਰੰਗ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਕੇਸਰ ਦੇ ਧਾਗੇ ਵੀ ਇਹਦੇ ਵਿੱਚ ਪਾ ਸਕਦੇ ਹੋ। ਚੌਲ 70% ਤੱਕ ਉਬਾਲ ਲਾਂਗੇ, ਉਸ ਤੋਂ ਬਾਅਦ ਫਿਰ ਆਪਾਂ ਚੈੱਕ ਕਰਦੇ ਹਾਂ। ਚੌਲ ਤਿਆਰ ਆ ਪੱਕ ਕੇ। ਆਹ ਦੇਖੋ ਇਹਨੂੰ ਆਪਾਂ ਇੱਦਾਂ ਤੋੜ ਕੇ ਦੇਖਦੇ ਹਾਂ, ਹਜੇ ਇਹਦੇ ਵਿੱਚ ਥੋੜ੍ਹਾ ਜਿਹਾ ਕੱਚਾਪਨ ਹੈਗਾ। ਇੰਨੇ ਕੁ ਚੌਲ ਸਾਨੂੰ ਉਬਲੇ ਹੋਏ ਚਾਹੀਦੇ ਆ। ਇਹਨੂੰ ਆਪਾਂ ਥੱਲੇ ਉਤਾਰ ਲੈਣਾ ਆ। ਥੱਲੇ ਉਤਾਰ ਕੇ ਇਹਨਾਂ ਨੂੰ ਅਸੀਂ ਛਾਣ ਲੈਣਾ ਆ। ਛਾਣਨ ਤੋਂ ਬਾਅਦ ਚੌਲਾਂ ਨੂੰ ਥੋੜ੍ਹਾ ਜਿਹਾ ਇੱਦਾਂ ਫੁਲਾ ਦੇਣਾ ਆ ਤਾਂ ਕਿ ਇਹ ਹੋਰ ਜ਼ਿਆਦਾ ਨਾ ਪੱਕਣ, ਇਹਨਾਂ ਨੂੰ ਹਵਾ ਪਵੇ। ਕੜਾਹੀ ਰੱਖ ਦਿੱਤੀ, ਇਹਦੇ ਵਿੱਚ ਪਾਵਾਂਗੇ 2 ਚਮਚੇ ਦੇਸੀ ਘਿਓ ਦੇ। ਜਰਦਾ ਪਲਾਉ ਜਿਹੜਾ ਆ ਦੇਸੀ ਘਿਓ ਦੇ ਵਿੱਚ ਹੀ ਵਧੀਆ ਲੱਗਦਾ ਆ, ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜੇ ਦੇ ਵੀ ਘਿਓ 'ਚ ਬਣਾਉਣਾ ਚਾਹੋ ਬਣਾ ਸਕਦੇ ਹੋ। ਘਿਓ ਹੋ ਗਿਆ ਗਰਮ, ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 1 ਟੁਕੜਾ ਦਾਲਚੀਨੀ ਦਾ, 4-5 ਇਹਦੇ 'ਚ ਪਾ ਦਾਂਗੇ ਲੌਂਗ, ਹਰੀਆਂ ਇਲਾਇਚੀਆਂ 3 ਲਈਆਂ ਆ। ਇਹਨਾਂ ਦੇ ਮੂੰਹ ਖੋਲ੍ਹ ਕੇ ਫਿਰ ਪਾਉਣਾ ਆ, ਕਿਉਂਕਿ ਇਹਦੇ ਜਿਹੜੇ ਦਾਣੇ ਆ ਫਿਰ ਜਦੋਂ ਆਪਾਂ ਜਰਦਾ ਪਲਾਉ ਖਾਣਾ ਆ ਮੂੰਹ 'ਚ ਆਉਂਦੇ ਫਿਰ ਬਹੁਤ ਵਧੀਆ ਲੱਗਦੇ ਆ। ਥੋੜ੍ਹਾ ਜਿਹਾ ਇਹਨਾਂ ਨੂੰ ਭੁੰਨ ਲਿਆ, ਹੁਣ ਇਹਦੇ ਵਿੱਚ ਪਾ ਦਾਂਗੇ 8-10 ਬਦਾਮ, 8-10 ਹੀ ਲਏ ਆ ਕਾਜੂ। ਕਾਜੂ ਅਤੇ ਬਦਾਮ ਨੂੰ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਸੌਗੀ 2 ਚਮਚੇ। ਸਭ ਤੋਂ ਮੇਨ ਇਨਗਰੀਡੀਅੰਟ ਇਹਦੇ ਵਿੱਚ ਜਿਹੜਾ ਤੁਸੀਂ ਪਾਉਣਾ ਆ ਖੋਪਾ, ਸੁੱਕਾ ਹੋਇਆ ਜਿਹੜਾ ਖੋਪਾ ਆ ਉਹਨੂੰ ਇੱਦਾਂ ਪਤਲਾ ਪਤਲਾ ਲੰਬਾਈ ਦੇ ਵਿੱਚ ਕੱਟਿਆ ਆ। ਜਰਦਾ ਪਲਾਉ ਦੇ ਵਿੱਚ ਇਹ ਤੁਸੀਂ ਜ਼ਰੂਰ ਪਾਉਣਾ ਆ, ਬਾਕੀ ਚੀਜ਼ਾਂ ਬੇਸ਼ੱਕ ਨਾ ਪਾਓ, ਖੋਪਾ ਜਿਹੜਾ ਆ ਜ਼ਰੂਰ ਪਾ ਕੇ ਜਰਦਾ ਪਲਾਉ ਬਣਾਉਣੇ ਆ। ਸੌਗੀ ਫੁੱਲ ਗਈ, ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆ ਚੌਲ। ਸੇਕ ਜਿਹੜਾ ਆ ਘੱਟ ਰੱਖਣਾ ਆ, ਜ਼ਿਆਦਾ ਤੇਜ਼ ਨਹੀਂ ਰੱਖਣਾ। ਚੌਲਾਂ ਨੂੰ ਅਸੀਂ ਇੱਕ ਵਾਰੀ ਹਿਲਾ ਲੈਣਾ ਆ। ਹਿਲਾਉਣ ਤੋਂ ਬਾਅਦ ਇਹਨਾਂ ਨੂੰ ਥੋੜ੍ਹਾ ਜਿਹਾ ਅਸੀਂ ਫੁਲਾ ਦੇਣਾ ਹੈ। 1 ਚਮਚਾ ਲਿਆ ਆ ਇਲਾਇਚੀ ਪਾਊਡਰ, 1/2 ਕੌਲੀ ਤੋਂ ਥੋੜ੍ਹਾ ਜਿਹਾ ਜ਼ਿਆਦਾ ਮੈਂ ਖੰਡ ਲਈ ਆ। ਖੰਡ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣੀ ਹੈ,
जिन्ना कु तुसी मिठा खाना पसंद करते हो उन्ना कु तुसी पा लेना है। हुण इहनू असीं उपरों दी ढक देना है, सेक घट कर देंगे थोड़ा जिहा, क्योंकि चौल देखो जिहड़े साढ़े 70% पक्के हुए आ, असीं हुण इहनू खंड दे नाल पकावांगे तां 30% जिहड़े कच्चे रहिंदे आ उह फिर पक जूगे। खंड पिघलनी शुरू हो गई, एक बार असीं इहनू हिला देना है। जरदा पुलाव तैयार है बनके। इनू आपां थल्ले तार लेना है। प्लेट दे विच कट लांगे चौला। हुण इहदे उपर एक चमचा असी हरे रंग की टूटी फ्रूटी इदा पा देनी है। चौल फिर देखण दे विच बड़े वधिया लगते हैं जदों आपां इन्हां नूं सर्व करते हैं। जरदा पुलाव दे विच ये टूटी फ्रूटी तुसी पा सकते हो। जरदा पुलाव तैयार आ बन के, बहुत ज़्यादा वधिया बन के तैयार होए आ। तुसी अज विसाखी वाले दिन इन्हां नूं जां किसी भी खुशी के मौके के उत्ते इहनूं तुसी बना के परिवार को खवा सकते हो। इस तरीके दे नाल इनू बना के खाओ। वीडियो नू प्लीज लाइक ते शेयर जरूर करिया करो। चैनल ते पहली बार आके वीडियो देखते पे हो तो चैनल नू सबसक्राइब जरूर करके जायो। फिर तो तुहानू विसाखी ते खालसा पंथ साजन दियां लख लख वधाइयां। सारे खुश रहो, खुशियां माणो, आबाद रहो।